ਹੈਲੋ ਗਾਈਜ਼, ਵੈਲਕਮ ਮਾਈ ਚੈਨਲ ਸੈਮ ਦੁਬਈ ਵਾਲੇ। ਇੱਕ ਵਾਰੀ ਫਿਰ ਤੋਂ ਆਪਾਂ ਆ ਗਏ ਹਾਂ ਤੁਹਾਡੇ ਨਾਲ। ਅੱਜ ਜਿਹੜੀ ਵੀਡੀਓ ਦਾ ਆਪਾਂ ਰਿਐਕਟ ਕਰਾਂਗੇ ਉਹ ਨਵਾਂ ਗਾਣਾ ਜੱਟ ਐਂਡ ਜੂਲੀਅਟ 3 ਦਾ, ਜਿਹੜਾ ਕਿ ਬਿਲਾਲ ਸਈਦ ਨੇ ਗਾਇਆ ਵਾ, ਜੇ ਮੈਂ ਰੱਬ ਹੁੰਦਾ। ਲਿਰਿਕਸ ਦਲਜੀਤ ਦੋਸਾਂਝ, ਨਰੂ ਬਾਜਵਾ ਦਾ, ਜਿਹੜਾ ਜੱਟ ਐਂਡ ਜੂਲੀਅਟ 'ਤੇ ਮੈਂ ਪਹਿਲੇ ਤੁਹਾਨੂੰ ਦੱਸਿਆ ਉਹਦਾ ਗਾਣਾ ਸੀ। ਸੋ ਲੈਟਸ ਸੀ, ਵੇਟ ਹੋਣ ਦੀ, ਜਿਹੜੇ ਦੇਖਦੇ ਹਾਂ ਗਾਣਾ ਕਿੱਦਾਂ ਦਾ, ਇਹ ਵੀਡੀਓ ਕਿੱਦਾਂ ਦੀ। ਰੋਸ਼ਨੀ ਚਮਕੀ ਖੁਦਾ ਆਇਆ, ਓਏ ਹੋਏ ਤੇਰੇ ਨਾਲੋਂ ਜਾਨੀ ਹਾਂ ਜਾਨੀ ਪੀਰਾਂ ਦੇ ਜਾਇਆ। ਹਵਾ ਨੇ ਪੁੱਛਿਆ ਬਦਲ ਬਾਜਵਾ ਬੱਲੀ, ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਏ ਹਾਏ, ਪਹਿਲੀ ਵਾਰੀ ਵੇਖਿਆ, ਓਏ ਹੋਏ ਹੋਏ। ਜੇ ਮੈਂ ਰੱਬ ਹੁੰਦਾ ਤੇ ਪਾਣੀ ਕੀ ਕਿਨਾਰੇ ਮੌਸਮ ਵਿਚਾਰੇ, ਅੱਦਾਂ ਦੀ ਫਿਲਮ ਦੇਣ ਡਿਆ ਸਟਾਰਟਿੰਗ ਦੇ। ਜਾਨੀ ਜਿੱਦਾਂ ਆਪਣਾ ਇੱਕ ਟੱਪਾ ਗਾਉਂਦਾ ਵਾ, ਉਹ ਤੋਂ ਬਾਅਦ ਬਿਲਾਲ ਆਉਂਦਾ ਵਾ, ਕਿਲਿੰਗ ਯਾਰ ਕਿਲਿੰਗ ਦਾ ਸਟਾਰਟ। ਜੇ ਮੈਂ ਰੱਬ ਹੁੰਦਾ ਓਏ ਹੋ, ਮਜ਼ਾ ਆਉਣ ਡਿਆ ਵਾਈਬ। ਜੇ ਮੈਂ ਰੱਬ ਹੁੰਦਾ ਸੀ ਦੇਣਾ ਹਸਾਈ ਜਾਣਾ ਸੀ ਕਵਲ, ਕੌਣ ਨਹੀਂ ਸੀ ਦੇਣਾ ਸਹੀ ਦੇਣਾ ਸੀ। ਪਹਿਲੀ ਲਾਈਨ ਦੂਸਰੇ ਟੱਪੇ ਦੀ ਤੇਰੇ ਲਈ ਗਾਈ ਜਾਣਾ ਸੀ, ਗਾਲਿਬ ਨੂੰ ਜ਼ਿੰਦਾ ਕਰਦਾ ਤੇਰੇ ਲਈ ਯਾਰ ਮੈਂ, ਜੋ ਤੂੰ ਬੋਲੇ ਉਹ ਸ਼ੇਰ ਲਿਖਾਈ ਜਾਣਾ ਸੀ। ਅੱਜ ਤੈਨੂੰ ਦੱਸਾਂ ਹੋਰ ਦੱਸਾਂ ਤੇਰੇ ਬਾਰੇ, ਨਹੀਂ ਭੁੱਲ ਤੇ ਅਜ ਹੱਥ ਤੈਨੂੰ ਦੱਸਾਂ ਨੀ ਮੈਂ ਦੱਸਾਂ ਤੇਰੇ ਬਾਰੇ, ਤੇਰੀ ਖੁਸ਼ਬੂ ਨੇ ਮਾਰੇ ਬੁੱਲਾਂ ਨੂੰ ਕਹਿੰਦਾ ਤੇਰਾ ਰਾਹ ਬਣ ਜਾਣੂ, ਮਰੀਆਂ ਨੂੰ ਕਹਿੰਦਾ ਤੇਰੇ ਵਾਲ ਸਵਾਰੇ। ਹਾਏ ਹਾਏ ਹਾਏ, ਜੇ ਮੈਂ ਰੱਬ ਹੁੰਦਾ। ਕਾਫੀ ਸੋਹਣੇ ਲਿਰਿਕਸ ਲੱਗਣੇ, ਕਾਫੀ ਇੱਕ ਵਾਈਬ ਆਉਣ ਡਈ, ਇੱਕ ਮਜ਼ਾ ਆਉਣਾ ਵਾ ਮੈਨੂੰ ਤੇ ਕਾਫੀ ਜ਼ਿਆਦਾ, ਕਿਉਂਕਿ ਮੇਰਾ ਨਵਾਂ ਨਵਾਂ ਦਿਲ ਟੁੱਟਾ ਵਾ। ਸੋ ਭਾਈ ਕੈਨ ਅੰਡਰਸਟੈਂਡ, ਇੱਕ ਉਹ ਠੀਕ ਆ ਵੈਸੇ, ਪਹਿਲੇ ਬਹੁਤ ਜ਼ਿਆਦਾ ਦਰਦ ਜੀ ਹੋਣ ਡਈ, ਤੈਨੂੰ ਪਤਾ ਉਹ ਹਾਰਟ ਬ੍ਰੇਕ ਹੁੰਦਾ ਨਾ ਇਹ ਜਦੋਂ ਮਤਲਬ ਹਿੱਲ ਜਾਂਦਾ ਵਾ, ਸੇਮ ਕਾਇੰਡ ਆਫ ਥਿੰਕਿੰਗ ਹੀ, ਪਰ ਹੁਣ ਠੀਕ ਆ, ਬਾਬੇ ਦੀ ਕਿਰਪਾ ਵਾ, ਘੈਂਟ ਜਾਈ ਜਾਂਦਾ ਪਿਆ, ਇਸ ਕਰਕੇ ਰੈਕਟ ਵੀਡੀਓ ਕਰਨੀ ਨਹੀਂ ਤਾਂ ਪਹਿਲੇ ਮੇਰਾ ਥੋੜ੍ਹਾ ਜਿਹਾ ਮੂਡ ਖਰਾਬ ਹੋਇਆ, ਬਟ ਆਮ ਓਕੇ ਨਾ। ਤਾਂ ਸਟਾਰਟ ਯਾਰ, ਨੀਰੂ ਬਾਜਵਾ ਦਲਜੀਤ ਦੋਸਾਂਝ, ਤੁਹਾਨੂੰ ਪਤਾ ਤਾਂ ਵੀ ਸੋਹਣੇ ਲੱਗਦੇ ਆ ਯਾਰ, ਗਾਣਾ ਥੋੜ੍ਹਾ ਵੱਡਾ ਵਾ। ਬਹਿਣ ਨੂੰ ਫਿਰਦੀਆਂ ਨੇ ਹਾਏ ਤੇਰੇ ਬੁੱਲਾਂ ਤੇ,
ਤਿਤਲੀਆਂ ਹੈਨੀ ਹੁਣ ਗੁਲਾਬ ਦੇ ਫੁੱਲਾਂ ਤੇ। ਲਾਈਨ ਕਿੰਨੀ ਤਗੜੀ ਹੈ ਯਾਰ, ਕਰੋ ਸਟਾਰਟ। ਬਹਿਣ ਨੂੰ ਫਿਰਦੀਆਂ ਨੇ ਹਾਏ ਤੇਰੇ ਬੁੱਲਾਂ ਤੇ, ਬਹਿਣ ਨੂੰ ਫਿਰਦੀਆਂ ਨੇ ਹਾਏ ਤੇਰੇ ਬੁੱਲਾਂ ਤੇ, ਜਾਨੀ ਨੇ ਲਿਖਿਆ ਵਾ। ਗਾਣਾ ਹੋ ਗਿਆ ਖਤਮ ਗਾਇਸ। ਸਟਾਰਟਿੰਗ ਬਹੁਤ ਤਗੜੀ ਸੀ ਮੈਨੂੰ, ਓਵਰਆਲ ਗਾਣਾ ਬਹੁਤ ਬਹੁਤ ਸੋਹਣਾ ਲੱਗਾ, ਦਿਲ ਤਾਂ ਜਾਗ ਲੱਗਾ ਯਾਰ, ਮਜ਼ਾ ਆ ਗਿਆ। ਇੱਕ ਜਿਹੜਾ ਨਵਾਂ ਨਵਾਂ ਆਸ਼ਕ ਦਾ ਦਿਲ ਟੁੱਟਾ ਨਾ, ਉਹਨੂੰ ਜਾ ਕੇ ਪੁੱਛੋ ਬਾਬੇ ਗਾਣੇ ਗਾਣੇ ਦਾ ਮਤਲਬ ਕੀ, ਕਿੱਦਾਂ ਦੀ ਇੱਕ ਵਾਈਬ ਮਿਲੀ, ਕਿੱਦਾਂ ਦੀ ਇੱਕ ਐਨਰਜੀ ਮਿਲਦੀ ਹੈ ਜਦੋਂ ਇਹੋ ਜਿਹੇ ਬੰਦੇ ਸਟਾਰਟਿੰਗ ਦੀ ਕਿਹਦਾ ਦਿਲ ਟੁੱਟਾਉਂਦਾ ਵਾ। ਸੋ ਓਨਲੀ ਓਨਲੀ ਦੋਸਤ ਕੈਨ ਅੰਡਰਸਟੈਂਡ ਬੈਟਰ ਰਦਰ ਦੈਨ ਅਦਰ ਪੀਪਲ। ਉਹ ਉਹ ਵਟ ਇਜ਼ ਦੀ ਫੀਲ, ਵਟ ਇਜ਼ ਦੀ ਵਾਈਬ, ਉਹ ਐਗਜੈਕਟਲੀ ਯੂ ਵਾਂਟ ਟੂ ਸੇ ਯੂ ਨੋ। ਆਈ ਥਿੰਕ ਆਈ ਕੈਨ ਅੰਡਰਸਟੈਂਡ ਦੈਟ, ਆਈ ਐਮ ਆਲਸੋ ਗੋਇੰਗ ਥਰੂ ਦੈਟ। ਸੋ ਯਾ, ਆਫਕੋਰਸ ਟੂ ਗੁੱਡ ਗਾਈਜ਼, ਜਸਟ keep supporting, subscribe my channel, like, share and share with your friends. That's it. Milde apni next reaction video ch, next react apna kehdi video de kariye, ek comment ch dass sakde ho. So milde apni next video ch.